ਸਾਰਿਆਂ ਨੂੰ ਆਪਣਾ ਵਚੜ ਕੇ ਹਿੱਸਾ ਪਾਉਣਾ ਚਾਹੀਦਾ ਔਰ ਸ਼ਾਂਤੀਪੂਰਵਕ ਰਹਿ ਕੇ ਸਾਰੀਆਂ ਚੋਣਾਂ ਲੜਦੀਆਂ ਚਾਹੀਦੀਆਂ ਨੇ ਵੱਖ-ਵੱਖ ਸਿਆਸੀ ਪਾਰਟੀਆਂ ਆਪਣਾ ਆਪਣਾ ਏਜੰਡਾ ਲੈ ਕੇ ਆਉਣਗੀਆਂ ਔਰ ਸਾਰਿਆਂ ਨੂੰ ਉਸ ਏਜੰਡੇ ਨੂੰ ਸਿਆਸੀ ਤੌਰ ਤੇ ਸਮਝਦੇ ਹੋਏ ਕਿ ਕੀ ਕੰਮ ਹੋਏ ਨੇ ਜਾਂ ਕੀ ਕੰਮ ਹੋ ਰਿਹਾ ਹੈ ਉਹ ਸਾਰਿਆਂ ਨੂੰ ਸਮਝਦੇ ਉਸ ਦੋਖਣ ਵੋਟ ਪਾਉਣੀ ਚਾਹੀਦੀ ਆ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਆ ਜਿਹੜੀ ਸਮਝ ਤੋਂ ਮੈਂ ਸਮਝਦਾ ਪਿਛਲੇ 10 ਸਾਲਾਂ ਦੇ ਅੰਦਰ ਦੇਸ਼ ਦੇ ਅੰਦਰ ਇਕਲੌਤੀ ਪਾਰਟੀ 10 ਸਾਲਾਂ ਦੇ ਵਿੱਚ ਪੈਦਾ ਹੋਈ ਔਰ ਅੱਜ ਇਜੀ ਜੜੀਆ ਦੇ ਇਸ ਦੇ ਅੰਦਰ ਸਭ ਤੋਂ ਵੱਡੀ ਨੈਸ਼ਨਲ ਪਾਰਟੀ ਬਣ ਕੇ ਉੱਭਰੀਆ ਸੋ ਅਸੀਂ ਅੱਬ ਦਾ ਅਜੰਡਾ ਲੈ ਕੇ ਜਾ ਰਹੇ ਹਾਂ ਸਾਡੇ ਸ੍ਰੀਮ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰ ਭਗਵਨ ਸਿੰਘ ਮਾਨ ਜੀ ਅਸੀਂ ਬਿਲਕੁਲ ਜੋ ਕੰਮ ਅਸੀਂ 2 ਸਾਲ ਚ ਪੰਜਾਬ ਚ ਕੀਤੇ ਨੇ ਜੋ ਕੰਮ ਅਸੀਂ ਦਿੱਲੀ ਚ ਕਰ ਰਹੇ ਹਾਂ ਉਹ ਦੇਸ਼ ਦੇ ਲੋਕਾਂ ਦੇ ਸਾਹਮਣੇ ਲਿਗੇ ਉਹ ਅਸੀਂ ਅੱਬ ਦਾ ਅਜੰਡਾ ਲੈ ਕੇ ਲੋਕਾਂ ਜਾਵਾਂਗੇ ਔਰ ਮੈਨੂੰ ਪੂਰਨ ਆਸ ਹੈ ਕਿ ਬਹੁਤ ਭਾਰੀ ਵੱਡੀ ਜਿੱਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਹੋਣੀ ਚਾਹੀਦੀ ਸਰ ਐਮਪੀ ਚ ਉਹਨਾਂ ਨੇ ਦੇਸ਼ ਦੀ ਆਪਾਂ ਜਿੱਕਰ ਗੱਲ ਕਰੀ ਸੀ ਇਹ ਕਾਨੂੰਨ ਆਇਆ ਤਾਂ ਕੇਜਰੀਵਾਲ ਜੀ ਨੇ ਵਿਰੋ ਦਗਮਗਾ ਚੁੱਕੀ ਆ ਦੇਸ਼ ਦੀ ਆਰਥਿਕਤਾ ਪਹਿਲੀ ਡਾਵਾ ਡੋਲ ਆ ਗਈ ਸੋ ਦੇਸ਼ ਦੇ ਅੰਦਰ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਨੇ ਲੈਣੇ ਲੈਣੇ ਚਾਹੀਦੇ ਜਿਹਦੇ ਨਾਲ ਸਾਡੇ ਦੇਸ਼ ਜਿਹੜਾ ਉਹ ਮਜ਼ਬੂਤ ਹੋਵੇ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋਵੇ ਸੋ ਇਹਦੀ ਫੈਸਲੇ ਹੋਣੇ ਚਾਹੀਦੇ ਕਿ ਤੁਸੀਂ ਵੋਟਾਂ ਨੂੰ ਮੂਰੇ ਰੱਖ ਕੇ ਫੈਸਲੇ ਲੱਖੋ ਚੰਦ ਦਿਨ ਪਹਿਲਾਂ ਸੀਐਡਬਲ ਲਾਗੂ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਭਾਰਤੀ ਜਨਤਾ ਪਾਰਟੀ ਸਿਰਫ ਬੋਟ ਦਾ ਲਾਹਾ ਲੈ ਲਈ ਕਿ ਸਤਾਜ ਕੇ ਮੇਰੇ ਨਾਲ ਇਸ ਤਰ੍ਹਾਂ ਦੇ ਫੈਸਲੇ ਕਰਦੀ ਆ ਜਦ ਕਿ ਸਤਾ ਵਿੱਚ ਆਇਆ ਨੂੰ ਭਾਰਤੀ ਜਨਤਾ ਪਾਰਟੀ ਨੂੰ 10 ਸਾਲ ਹੋ ਗਏ 10 ਸਾਲ ਤੋਂ ਬਾਅਦ ਲਾਸਟ ਦੇ ਤੁਸੀਂ ਇਹ ਫੈਸਲਾ ਕਰਦੇ ਹੋ ਦੂਜੇ ਪਾਸੇ ਆਮ ਆਦਮੀ ਪਾਰਟੀ ਆ ਅਸੀਂ 2 ਸਾਲ ਪਹਿਲਾਂ ਪੰਜਾਬ ਸਤਾ ਵਿੱਚ ਆਏ 2 ਸਾਲ ਤੋਂ ਪਹਿਲਾਂ ਆਏ ਜਦੋਂ ਅਸੀਂ ਤਿੰਨ ਮਹੀਨਿਆਂ ਚ ਸਾਡੀ ਵੱਡੀ ਗਰੰਟੀ ਸੀ ਕਿ 300 ਜੋਟ ਮੁਫਤ ਵੀਧੀ ਦੇਣੀ ਆ ਪੰਜਾਬ ਦੇ ਲੋਕਾਂ ਨੂੰ ਅਸੀਂ ਤਿੰਨ ਮਹੀਨਿਆਂ ਚ ਕੀਤਾ ਲਾਗੂ ਸਾਡੀ ਗਰੰਟੀ ਸੀ ਕਿ ਅਸੀਂ ਮਹੱਲਾ ਕਲੀਨਕ ਬਣਾਵਾਂਗੇ ਤਿੰਨ ਮਹੀਨਿਆਂ ਚ ਅਸੀਂ ਪੰਜਾਬ ਚ ਮਹੱਲਾ ਕ ਸੈਕਸ ਰਾਹ ਦੇ ਉੱਤੇ ਜਾਂ ਡਿਊਟੀ ਕਰਦੇ ਸ਼ਹੀਦ ਹੋ ਜਾਂਦੇ ਸੀ ਕਰੋੜਾਂ ਰੁਪਏ ਸਨਮਾਨ ਰਾਸ਼ੀ ਦੇ ਮੈਂ ਇਹ ਵੱਡੇ ਫੈਸਲੇ ਆਮ ਆਦਮੀ ਪਾਰਟੀ ਨੇ ਜਿਹੜਾ ਪਹਿਲੇ 3 ਮਹੀਨਿਆਂ ਚ ਲਾਗੂ ਕੀਤੇ ਗਏ ਕਰਪਸ਼ਨ ਦਾ ਖਾਤਮਾ ਜਿਹੜੀ ਕਰਪਸ਼ਨ ਅਕਾਲੀ ਦਲ ਬੀਜੇਪੀ ਔਰ ਕਾਂਗਰਸ ਪਾਰਟੀ ਨੇ ਪੰਜਾਬ 'ਚ ਪੈਦਾ ਕੀਤੀ ਸੀ ਉਹਦਾ ਖਾਤਮਾ ਹੋਇਆ ਪੰਜਾਬ ਵਿੱਚ ਜਿਹੜਾ ਮਾਫੀਆ ਰਾਜ ਸੀਗਾ ਜਿਹੜਾ ਮਾਫੀਆ ਰਾਜ ਸੀ ਉਹਦਾ ਪੰਜਾਬ ਵਿੱਚੋਂ ਖਾਤਮਾ ਹੋਇਆ ਪੰਜਾਬ 'ਚੋਂ ਸ਼ਰਾਬ ਦਾ ਮਾਫੀਆ ਖਤਮ ਹੋਇਆ ਪੰਜਾਬ ਵਿੱਚੋਂ ਜਿਹੜਾ ਜੀਐਸਟੀ ਦੀ ਚੋਰੀ ਹੁੰਦੀ ਸੀ ਉਹ ਖਤਮ ਹੋਈ ਦੇਸ਼ ਦੇ ਅੰਦਰ ਸਾਡੀ ਜਿਹੜੀ ਨੈਸ਼ਨਲ ਗਰੋਥ ਆ जीएसटी ਦੇ ਅੰਦਰ ਉਹ 11% ਆ ਅੱਜ 50 15% ਕ੍ਰਾਸ ਕਰ ਗਿਆ ਇਹਦਾ ਮਤਲਬ ਕਿ ਪੰਜਾਬ ਵਿੱਚ ਕਿੰਨਾ ਦਾ ਸਰਕਾਰ ਕੰਮ ਕਰ ਰਹੀ ਹੈ ਐਕਸਾਈਦਾ ਮਾਲੀਆ ਜਿਹੜਾ ਪਹਿਲਾਂ 6000 ਕਰੋੜ ਰੁਪਏ ਸੀ ਸਾਲਾਨਾ ਉਹ ਅੱਜ ਬਾਅਦ ਕਿ 10000 ਕਰੋੜ ਰੁਪਿਆ ਹੋ ਗਿਆ ਇਹ ਪੰਜਾਬ ਚਾਮ ਆਦਮੀ ਪਾਰਟੀ ਦੀ ਪ੍ਰਾਪਤੀ ਆ ਆਮ ਆਦਮੀ ਪਾਰਟੀ ਨੇ ਦੋ ਸਾਲਾਂ ਦੇ ਅੰਦਰ 42000 ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੀ ਆ ਆਮ ਆਦਮੀ ਪਾਰਟੀ ਨੇ 12000 ਦੇ ਆਕਾ ਨੂੰ ਪੱਕੇ ਕਰਕੇ ਤੁਹਾਡੇ ਘਰੇਲ ਵਿੱਚ ਖੜੀ ਆ ਸੋ ਬਿਲਕੁਲ ਜੇਸੀ ਕੰਮ ਕੀਤੇ ਨੇ ਉਦੇਦਾਰ ਤੇ ਸੀ ਵੋਟਾਂ ਮੰਗ ਰਹੇ ਆ ਜਿਕਰ ਫੰਡ ਦੀ ਗੱਲ ਕਰੀਏ ਤਾਂ ਲਿਸਟ ਆਈ ਬਿਲਕੁਲ ਉਹ ਬਹੁਤ ਸਾਰੀਆਂ ਜਿਹੜੀਆਂ ਆਪਣੀ ਕੰਪਨੀਆਂ ਨੇ ਲਗੀਆਂ ਵੱਖ-ਵੱਖ ਪਾਰਟੀਆਂ ਨੂੰ ਫੰਡ ਦਿੰਦੀਆਂ ਨੇ ਲਗੀਆਂ ਉਹ ਜੋ ਜੋ ਮਾਪਦੰਡ ਇਲੈਕਸ਼ਨ ਕਮਿਸ਼ਨ ਨੇ ਤੈਅ ਕੀਤੇ ਨੇ ਉਸ ਹਿਸਾਬ ਨਾਲ ਮਿਲ ਰਹੇ ਨੇ ਪਰ ਲੇਕਿਨ ਮੈਂ ਸਮਝਦਾ ਵੱਡੀ ਰਾਜਨੀਤਿਕ ਪਾਰਟੀ ਨੂੰ ਜਿਹੜੀ ਦੇਸ਼ ਦੇ ਅੰਦਰ ਰਾਜ ਕਰਦੀ ਹੈ ਉਹਨੂੰ ਜ਼ਿਆਦਾ ਫੰਡਾਂ ਦਾ ਜਾਣਾ ਹੈ ਇੱਕ ਤਰਫਾ ਫੰਡਾਂ ਦਾ ਜਾਣਾ ਮੈਂ ਸਮਝਦਾ ਕਿ ਤਰ੍ਹਾਂ ਕਿਤੇ ਸਾਡੀ ਦੇਸ਼ ਦੇ ਅੰਦਰ ED ਦਾ CBI ਦਾ ਦੁਰਉਪਯੋਗ ਕਰਕੇ ਵੱਡੇ ਵੱਡੇ ਅਧਿਕਾਰੀਆਂ ਨੂੰ ਡਰਾ ਕੇ ਪੂੰਜੀਪਤੀਆਂ ਨੂੰ ਡਰਾ ਕੇ ਉਹਨਾਂ ਦੀ ਬਾਹਮ ਰੋੜ ਕੇ ਜਿਹੜਾ ਫੰਡ ਲਾਇਆ ਜਾ ਰਿਹਾ ਹੈ ਇਹ ਜਿਹੜਾ ਜਿਹੜੀ ਕੇਜਰੀਵਾਲ ਨੂੰ ਅੱਜ ਰਾਹਤ ਮਿਲੀ ਹੈਗੀ ਆ ਉਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਲਗਾਤਾਰ ਜਿਹੜੀ ਦੇ ਸੰਮਨ ਜਿਹੜੀ ਅਰਵਿੰਦ ਕੇਜਰੀਵਾਲ ਨੂੰ ਮਿਲੇ ਦੇਖੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਅਰਵਿੰਦ ਕੇਜਰੀਵਾਲ ਜੀ ਤੋਂ ਬਹੁਤ ਘਬਰਾਉਂਦੀ ਆ ਦੇਸ਼ ਦੇ ਅੰਦਰ ਇੱਕੋ ਇੱਕ ਨੇਤਾ ਦੇ ਅਰਵਿੰਦ ਕੇਜਰੀਵਾਲ ਜੀ ਜਿਹੜੇ ਕਿ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਸਰਕਾਰ ਨੂੰ ਘੇਰ ਦੇਣਗੇ ਭਾਰਤੀ ਜਨਤਾ ਪਾਰਟੀ ਹਮੇਸ਼ਾ ਅਰਵਿੰਦ ਕੇਜਰੀਵਾਲ ਜੀ ਤੋਂ ਡਰਦੀ ਆ ਇਸੇ ਕਰਕੇ ਕਦੇ ਈਡੀ ਦਾ ਪ੍ਰਯੋਗ ਕਰਦੀ ਹੈ ਦਰਪਯੋਗ ਕਰਦੀ ਆ ਕਦੇ ਮੈਂ ਸਮਝਦਾ ਸੀਵੀ ਦਾ ਦਰਪਯੋਗ ਕਰਦੀ ਆ ਅੱਜ ਮੰਨ ਜੋ ਕਿ ਅਦਾਲਤ ਨੇ ਜਿਹੜਾ ਸਟੇ ਦਿੱਤਾ ਹੈ ਬਹੁਤ ਵੱਡੀ ਮੈਂ ਸਮਝਦਾ ਇੱਕ ਰਾਹਤ ਆ ਸਾਡੇ ਲਈ ਇਤੋਂ ਪਤਾ ਲੱਗਾ ਕਿ ਦੇਸ਼ ਦੇ ਅੰਦਰ ਕਾਨੂੰਨ ਦੇ ਰਾਖੇ ਹੈ ਅਜੇ ਵੀ ਹੈਗੇ ਨੇਗੇ ਦੇਸ਼ ਦਾ ਜੇਕਰ ਕੋਈ ਕਾਨੂੰਨ ਤੋੜਦਾਗਾ ਤਾਂ ਉਹਦੇ ਖਿਲਾਫ ਅਦਾਲਤਾਂ ਅੱਜ ਵੀ ਜਿਹੜਾ ਹੈਗਾ ਉਹ ਬਹੁਤ ਸ਼ਾਨਦਾਰ ਤੇ ਅੱਛੇ ਫੈਸਲੇ ਕਰਦੀਆਂ ਨੇ ਪੰਜਾਬ ਦੇ ਵਿੱਚ ਪੰਜ ਕੈਬਨਿਟ ਮੰਤਰੀਆਂ ਨੂੰ ਟਿਕਟ ਦਿੱਤੀ ਗਈ ਕੀ ਸੋਚਦੇ ਨਹੀਂ ਹੈਗੇ ਵੀ ਜਿਹੜੇ ਹੋਰਾਂ ਨੂੰ ਵੀ ਟਿਕਟ ਦਿੱਤੀ ਜਾ ਸਕੇ ਮੰਤਰੀਆਂ ਨੂੰ ਕਿਉਂ ਟਿਕਟ ਦਿੱਤੀ ਗਈ ਪਹਿਲੇ ਮੰਤਰੀ ਦੇਖੋ ਗੱਲ ਪੰਜ ਦੀ ਨਹੀਂ ਹੈਗੀ ਪੰਜਾਬ ਦੇ ਅੰਦਰ 13 ਲੋਕ ਸਭਾ ਦੀ ਚੋਣਾਂ ਲਗੀਆਂ ਪਹਿਲਾਂ ਵੀ ਅਸੀਂ ਪੰਜਾਬ ਚ 117 ਆਮ ਕਰਾਂ ਦੇ ਮੁੰਡੇ ਕੁੜੀਆਂ ਨੂੰ ਪੰਜਾਬ ਦੀ ਇਲੈਕਸ਼ਨ ਲੜਾਈ ਸੀ ਜਿਹੜੇ 99 ਵਿਧਾਇਕ ਜਿਹੜਨੇਗੇ ਉਹ ਪੰਜਾਬ ਦੀ ਅਸੈਂਬਲੀ ਚ ਪਹੁੰਚੇ ਸੀਗੇ ਉਹਨਾਂ 99 ਚੋਂ ਅਸੀਂ 5 ਨੂੰ ਉਤਾਰਿਆਗਾ ਸੋ ਪੰਜ ਤੋਂ ਬਿਨਾ ਤਿੰਨ ਹੋਰ ਵੀ ਜਿਹੜੇ ਸੀ ਉਤਾਰੇ ਨੇ ਕਿ 5 ਹੋਰ ਜਿਹੇ ਹੋਰ ਉਤਾਰਨੇ ਨੇ ਕਿ ਸਾਰੇ ਸਾਰੇ ਆਮ ਲੋਕ ਨੇਗੇ ਇਹ ਵੱਡੇ ਵੱਡੇ ਘਰਾਤੋਂ ਨਹੀਂ ਆਉਂਦੇ ਸਾਰੇ ਇਹ ਆਮ ਲੋਕਾਂ ਦੇ ਘਰਾਣੇ ਦੇ ਮੁੰਡੇ ਪੁੱਤਰੇ ਧੀਆ ਪੁੱਤਰੇ ਲੈ ਕੇ ਆਪਾਂ ਕੈਂਡੀਡੇਟ ਲੜਾ ਰਹੇ ਆਂ ਵੀ ਆਪਣੀ ਪਾਰਟੀ ਦੇ ਵਿੱਚ ਹੈ ਨਹੀਂ ਬੰਦੇ ਦੇਖੋ ਸਾਡੀ ਪਾਰਟੀ ਚ ਬਹੁਤ ਸਾਰੇ ਯੋਗ ਨੌਜਵਾਨ ਨੇ ਔਰ ਦੂਜੀ ਪਾਰਟੀਆਂ ਦੇ ਬਹੁਤ ਸਾਰੇ ਲੋਕ ਸਾਡੀ ਪਾਰਟੀ ਆਮ ਆਦਮੀ ਪਾਰਟੀ ਚਾਹ ਰਹੇ ਨੇ